ਅਸੀਂ 75 ਵਾਰਡ ਨੰਬਰ 'ਚ ਅਸੀਂ ਜਲੰਧਰ ਆਪਣੇ ਦਫ਼ਤਰ ਚੌਣ ਜਿੰਮੀ ਚੋਣਾਂ ਦੇ ਸੰਬੰਧ ਵਿੱਚ ਖੜੇ ਆ। ਜੋ ਸਾਡੇ ਭਗਵੰਤ ਮਾਨ ਜੀ ਨੇ ਗਰੰਟੀਆਂ ਸਾਨੂੰ ਦਿੱਤੀਆਂ ਸੀਗੀਆਂ ਉਹ ਪੂਰੀਆਂ ਹੋਈਆਂ ਨੇ। ਅਸੀਂ ਹਲਕਾ ਕਾਦੀਆਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਆ, ਸਟੇਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ। ਸਾਡੇ ਨਾਲ ਬੜੇ ਹੀ ਸਾਡੇ ਆਮ ਪਾਰਟੀ ਦੇ ਨਾਲ ਵਰਕਰ ਨੇ, ਸਾਡੇ ਮੁੰਡੇ ਭਾਜੀ ਜੋ ਕਿ ਪੂਰੀ ਜ਼ੋਰ ਸ਼ੋਰ ਦੇ ਨਾਲ ਜਿਮਨੀ ਚੌਣ ਦੇ ਵਿੱਚ ਪੂਰਾ ਆਪਣਾ ਯੋਗਦਾਨ ਦੇ ਰਹੇ, ਰਾਤ ਦਿਨ ਬਹੁਤ ਸੇਵਾ ਕਰ ਰਹੇ ਨੇ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਜਦੋਂ ਪਿੰਡ ਪਿੰਡ ਜਾਂਦੀ ਹਾਂ, ਜਦੋਂ ਮੈਂ ਘਰਾਂ ਦੇ ਲੈਵਲ 'ਤੇ ਜਾਂਦੀ ਹਾਂ, ਜਾਂ ਮੈਂ ਡਿਸਪੈਂਸਰੀਆਂ 'ਚ ਜਾਂਦੀ, ਜਾਂ ਮੁਹੱਲਾ ਕਲੀਨਿਕਾਂ 'ਚ ਜਾਂਦੀ ਹਾਂ, ਉੱਥੇ ਜਦੋਂ ਪੁੱਛਿਆ ਜਾਂਦਾ ਅਸੀਂ ਪੁੱਛਦੇ ਹਾਂ ਕਿ ਕੀ ਤੁਹਾਨੂੰ ਮਤਲਬ ਭਗਵੰਤ ਮਾਨ ਜੀ ਦੀ ਸਰਕਾਰ ਹੈ ਅਤੇ ਜਿਹੜੀਆਂ ਇਹ ਖੁੱਲ੍ਹੇ ਅਸੀਂ ਮੁਹੱਲਾ ਕਲੀਨਿਕਾਂ ਖੋਲ੍ਹੀਆਂ ਗਈਆਂ ਨੇ, ਇਹਨਾਂ ਵਿੱਚ ਤੁਹਾਨੂੰ ਕੋਈ ਬੈਨੀਫਿਟ ਹੈ ਜਾਂ ਕੋਈ ਤੁਹਾਨੂੰ ਕੋਈ ਤਕਲੀਫ ਹੈ ਜਾਂ ਕੋਈ ਸਹੂਲਤ ਹੈ ਵੀ ਹੈ ਜਾਂ ਨਹੀਂ ਵੀ ਹੈਗੀ। ਪਰ ਉੱਥੋਂ ਰਿਸਪੋਂਸ ਜਿਹੜਾ ਮਿਲਦਾ ਸਾਨੂੰ ਬਹੁਤ ਵਧੀਆ ਰਿਸਪੋਂਸ ਮਿਲਦਾ ਆ। ਉਹ ਕਹਿੰਦੇ ਨੇ ਕਿ ਜਿਹੜਾ ਇਨਸੁਲਿਨ, ਜਿਹੜੇ ਮਹਿੰਗੇ ਇਨਸੁਲਿਨ ਨੇ, ਮਹਿੰਗੀਆਂ ਜਿਹੜੀਆਂ ਦਵਾਈਆਂ, ਜਿਹੜਾ ਲੱਕ ਤੋੜਿਆ ਪਿਆ ਸੀ ਮਹਿੰਗੀਆਂ ਦਵਾਈਆਂ ਦੇ ਨਾਲ, ਜਿਹੜੀਆਂ ਮੁਹੱਲਾ ਕਲੀਨਿਕਾਂ ਖੁੱਲ੍ਹੀਆਂ ਗਈਆਂ ਨੇ, ਸਾਨੂੰ ਇਨਸੁਲਿਨ ਵੀ ਫ੍ਰੀ ਮਿਲ ਰਹੇ ਨੇ, ਸਾਨੂੰ ਹਰ ਪੱਖੋਂ ਸਹੂਲਤਾਂ ਮਿਲ ਰਹੀਆਂ ਨੇ। ਔਰ ਸੈਕਿੰਡਲੀ, ਜਦੋਂ ਅਸੀਂ ਸਾਡੇ ਕੋਲ ਪ੍ਰੂਫ ਹੈ ਜ਼ੀਰੋ ਬਿੱਲ ਦੇ, ਜਦੋਂ ਅਸੀਂ ਦੇਖਿਆ ਤਾਂ ਅਸੀਂ ਵਾਕਈ ਜਦੋਂ ਘਰ ਘਰ ਗਏ ਹਾਂ ਤਾਂ ਅਸੀਂ ਦੇਖਿਆ ਤਾਂ ਸਾਡੇ ਕੋਲ ਜ਼ੀਰੋ ਬਿੱਲ ਲੋਕਾਂ ਦੇ ਆਏ ਨੇ, ਬਿੱਲਾਂ ਤੋਂ ਵੀ ਲੋਕਾਂ ਨੂੰ ਬੜੀ ਸਹੂਲਤ ਮਿਲੀ ਆ। ਅਤੇ ਭਗਵੰਤ ਮਾਨ ਜੀ ਨੇ ਜੋ ਵਾਅਦੇ ਕੀਤੇ ਨੇ, ਅੱਜ ਜੋ ਜਲੰਧਰ ਜਿਮਨੀ ਚੋਣ ਰਿੰਕੂ ਜੀ ਦੀ, ਸੁਸ਼ੀਲ ਰਿੰਕੂ ਜੀ ਦੇ ਹੱਕ 'ਚ ਜਿਹੜੀ ਚੋਣ ਪ੍ਰਚਾਰ ਕਰ ਰਹੇ ਨੇ, ਉਹਦੇ ਵਿੱਚ ਵੀ ਜੋ ਸਾਡੇ ਭਗਵੰਤ ਮਾਨ ਜੀ ਕਹਿ ਰਹੇ ਨੇ ਉਹ ਸੱਚਮੁੱਚ ਪੂਰਾ ਕਰਨਗੇ। ਔਰ ਮਹਿਲਾਵਾਂ ਨੂੰ ਜੋ ਬੱਸ ਦੇ ਕਿਰਾਏ ਨੇ ਉਹ ਵੀ ਫ੍ਰੀ ਨੇ, ਔਰ ਜਿਹੜੀ ਆਉਣ ਵਾਲੀ 1000 ਰੁਪਈਆ ਮਹਿਲਾਵਾਂ ਦਾ ਨਾ, ਉਹ ਵੀ ਜਲਦ ਹੀ ਇਹ ਚੋਣਾਂ ਤੋਂ ਬਾਅਦ ਅਨਾਊਂਸ ਕੀਤਾ ਜਾਵੇਗਾ ਤਾਂ ਮਹਿਲਾਵਾਂ ਦੇ ਅਕਾਊਂਟ ਵਿੱਚ ਪਾਇਆ ਜਾਵੇਗਾ। ਸਾਡੇ ਨਾਲ ਮੁਖਦੇਵ ਜੀ ਨੇ, ਸਾਡੇ ਆਲੋਵਾਲ ਤੋਂ ਜ਼ਿਲ੍ਹਾ ਇੰਚਾਰਜ ਨੇ, ਸਾਡੇ ਨਾਲ ਗੱਲ ਕਰਨਗੇ ਔਰ ਇਸ ਬਾਰੇ ਉਪਲਬਧੀਆਂ ਬਾਰੇ ਦੱਸਣਗੇ। ਹਾਂਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਸੀਂ ਇਸ ਟਾਈਮ ਜਲੰਧਰ ਚੋਣ ਸਿਲੈਕਸ਼ਨ ਦੇ ਲਈ ਪ੍ਰਚਾਰ ਕਰਨ ਆਏ ਹਾਂ ਔਰ ਬਹੁਤ ਵਧੀਆ ਰਿਸਪੋਂਸ ਮਿਲ ਰਿਹਾ। ਜੋ ਜੋ ਮਾਨ ਸਾਹਿਬ ਨੇ ਕਿਹਾ ਸੀ ਉਸ ਤੱਕ ਬਿਲਕੁਲ ਹੀ, ਜਿਵੇਂ ਨੌਕਰੀਆਂ ਨੂੰ ਲੈ ਕੇ, ਚਾਹੇ ਕਿਸਾਨਾਂ ਦੀ ਗੱਲ ਕੀਤੀ ਜਾਏ, ਬਿਜਲੀ ਦੇ ਜੀਰੋ ਬਿੱਲ ਨੂੰ ਲੈ ਕੇ ਗੱਲ ਕੀਤੀ ਜਾਏ, ਇਹ ਸਾਰੇ ਨਿਵਾਦੇ ਸਟੈਪ ਬਾਏ ਸਟੈਪ ਪੂਰੇ ਹੋ ਰਹੇ ਆ। ਪਹਿਲਾਂ ਵਾਲੀਆਂ ਸਰਕਾਰਾਂ ਵਾਂਗੂ ਨਹੀਂ ਕਿ ਜੋ 4 ਸਾਲ ਆਪਣੇ ਕੰਮ ਦੇਖਦੀਆਂ ਸੀ ਅਤੇ ਬਾਅਦ ਲੋਕਾਂ ਨੂੰ ਧਿਆਨ ਕਰਦੀਆਂ ਸੀ, ਸਾਡੀ ਸਰਕਾਰ ਨੇ ਪਹਿਲੇ ਸਾਲ ਤੋਂ ਹੀ ਕੰਮ ਨੂੰ ਤਰਜੀਹ ਦਿੱਤੀ ਹੈ। ਔਰ ਮਾਨ ਸਾਹਿਬ ਨੂੰ ਇਨਸੁਲਿਨ ਲੱਗਦਾ, 350 ਦਾ ਇਨਸੁਲਿਨ ਉਹਦਾ ਟੀਕਾ ਜਿਹੜਾ ਸੀ ਲੱਗਦਾ। ਕਹਿੰਦਾ ਮੈਡਮ ਮੈਂ ਜਾ ਕੇ ਅਚਾਨਕ ਗਿਆ ਅਤੇ ਮੈਂ ਜਾ ਕੇ ਇੰਜੈਕਸ਼ਨ ਦਿਖਾਇਆ, ਕਹਿੰਦਾ ਉਹਨਾਂ ਨੇ ਉਸ ਵੇਲੇ ਨੋਟ ਕਰਕੇ ਮੈਨੂੰ ਇੰਜੈਕਸ਼ਨ ਫ੍ਰੀ ਦੇ, ਮੈਨੂੰ ਕੋਈ ਪੁੱਛਗਿੱਛ ਨਹੀਂ ਕੀਤੀ, ਕੁਛ ਨਹੀਂ ਕੀਤਾ। ਕਹਿੰਦਾ ਬੀਪੀ ਦੀਆਂ ਸਾਰੀਆਂ ਦਵਾਈਆਂ, ਮੈਡੀਸਿਨ ਸਭ ਕੁਛ ਫ੍ਰੀ ਆ, ਇਹ ਸਭ ਕੁਛ ਫ੍ਰੀ ਹੈ, ਤੁਹਾਡੇ ਵੀ ਸਭ ਕੁਛ ਹੋਣਾ, ਕਿਉਂਕਿ ਸਾਨੂੰ ਪਤਾ ਹੈ, ਅਸੀਂ ਘਰ ਘਰ ਜਾਂਦੇ ਹਾਂ, ਸਾਨੂੰ ਸਾਰਾ ਪਤਾ, ਜੋ ਭਗਵੰਤ ਮਾਨ ਜੀ ਕਰ ਰਹੇ ਨੇ ਬਿਲਕੁਲ ਸਹੀ ਕਰ ਰਹੇ। ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਹੁਤ ਹੀ ਦ੍ਰਿੜਤਾ ਨਾਲ, ਬਹੁਤ ਹੀ ਗਤੀਸ਼ੀਲਤਾ ਦੇ ਨਾਲ ਕੰਮ ਕਰ ਰਹੀ ਹੈ। ਤੁਸੀਂ ਦੇਖੋ, ਅਸੀਂ ਨਸ਼ਿਆਂ ਨੂੰ ਨੱਥ ਪਾਉਣ ਦੇ ਲਈ ਬੜੇ ਉਪਰਾਲੇ ਕਰ ਰਹੇ ਹਾਂ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਅਸੀਂ ਥੋੜ੍ਹੇ ਸਮੇਂ 'ਚ ਇਸ ਨੂੰ ਹੋਰ ਜ਼ਿਆਦਾ ਤਕੜੇ ਹੋ ਕੇ ਇਹਦੇ ਨਾਲ ਲੜਾਈ ਲੜਾਂਗੇ ਔਰ ਇਸ ਨੂੰ ਖਤਮ ਕਰਾਂਗੇ, ਤਾਂ ਕਿ ਸਾਡੀ ਉਹ ਨੌਜਵਾਨ ਨਸਲ ਜਿਹੜੀ ਖੇਡਾਂ ਦੇ ਮੈਦਾਨ ਦੇ ਵਿੱਚ ਨਾਮ ਨਾ ਖੱਟਦੀ ਸੀ।